ਵਾਹਿਗੁਰੂ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਇ ਰਹਾਂ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣਪਾ ਲੱਖ ਹੋ ਹੇ ਤਾਂ ਇੱਕ ਨਾ ਚੱਲੈ ਨਾਲ ਕੇਵ ਸਚਿਆਰਾ ਹੋਈਐ ਕੇਵ ਕੂੜਾ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈ ਹੈ ਕਿਨਾ ਹੁਕਮੀ ਬਖਸੀ ਸਿੱਖ ਹੁਕਮੀ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹੋਮੈ ਕਹਿ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨੀਸਾਣ ਗਾਵੈ ਕੋ ਗੁਣ ਵਡਿਆਈ ਆਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇਹੇ ਗਾਵੈ ਕੋ ਜੀ ਲੈ ਫਿਰਦੇ ਹੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਰਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਕਸੈ ਵੇ ਪ੍ਰਵਾਹ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਆਖੈ ਮੰਗੈ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਤ ਦੁਸੈ ਦਰਬਾਰ ਮੁਹਾਉ ਕੇ ਬੋਲਣ ਬੋਲੀਐ ਜਿਤ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾ ਓੜਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨੋ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆ ਕਾਏ ਕੁਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਹਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਹਾਏ ਕਰੀ ਜੇਤੀ ਸੇਠੋ ਪਾਈ ਵੇਖਾ ਵਿਣ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀਆਂ ਨਾਲ ਚੱਲੈ ਸਭ ਕੋਏ ਚੰਗਾ ਨਾਮ ਰਖਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣੇ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਤਵਲ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹੇ ਨਾ ਸੁਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਹੋ ਸੁਣਿਆ ਦੂਖ ਪਾਪ ਕਾ ਨਾਸੋ ਸੁਣਿਆ ਈਸ਼ਵਰ ਵਰਮਾ ਇੰਦੋ ਸੁਣਿਆ ਮੁਖਸਾ ਲਾਹਣ ਮੰਦੋ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਹੋ ਸੁਣਿਆ ਦੂਖ ਪਾਪ ਕਾ ਨਾਸ ਹੋ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅਠ ਸੜ ਕਾ ਇਸਨਾਨ ਸੁਣਿਆ ਪੜ ਪੜ ਭਾਵੈ ਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੈ ਰਾਹ ਸੁਣਿਆ ਹਾਥ ਹੋਵੈ ਅਸਗਾਹ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿੱਛੇ ਪਛਤਾਏ ਕਾਗਦ ਕਲਮ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਹੈ ਮੰਨੈ ਸਗਲ ਭੁਣ ਕੀ ਸੁਧ ਹੈ ਮੰਨੈ ਮੋਹ ਚੋਟਾ ਨਾ ਖਾਏ ਮੰਨੈ ਜਮਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤਸਿਓ ਪ੍ਰਗਟ ਜਾਏ ਮੰਨੈ ਮਗ ਨਾ ਚੱਲੈ ਪੰਥ ਮੰਨੈ ਧਰਮ ਸੇ ਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਮੰਨੈ ਪਾਵੈ ਮੋਖ ਦੁਆਰ ਮੰਨੈ ਪਰਵਾਰੈ ਸਾਧਾਰ ਮੰਨੈ ਤਰੈ ਤਾਰੇ ਗੁਰਸਿੱਖ ਮੰਨੈ ਨਾਨਕ ਭਵੈ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵੈ ਦਰਗਹਿ ਮਾਨ ਪੰਚੇ ਸੋਹੈ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨੈ ਨਾਹੀ ਸੁਮਾਰ ਧੌਲ ਧਰਮ ਦਿਆ ਕਾ ਪੂਤ ਸੰਤੋਖ ਤਾਪ ਰੱਖਿਆ ਜਿਨ ਸੂਤ ਜੇ ਕੋ ਬੁੱਝੈ ਹੋਵੈ ਸਚਿਆਰ ਧਵਲੈ ਉੱਪਰ ਕੇਤਾ ਭਾਰ ਧਰਤੀ ਹੋਰ ਪ੍ਰੈ ਹੋਰ ਹੋਰ ਤਿਸ ਤੇ ਭਾਰਤ ਲੈ ਕਵਣ ਜੋਰ ਜੀ ਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣੈ ਕੋਹੇ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਣ ਸਵਾਲਿਆ ਰੂਪ ਕੇਤੀ ਦਾਤ ਜਾਣੈ ਕੌਣ ਕੂਤ ਕੀਤਾ ਪਸਾਓ ਏਕੋ ਕਵਾਓ ਤਿਸ ਤੇ ਹੋਏ ਲੱਖ ਦਰੀ ਆਓ ਕੁਦਰਤ ਕਵਣ ਕਹਾਂ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ
ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਯੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਸੰਖ ਦਾਤਾਰ ਅਸੰਖ ਸੂਰਮੋਹ ਭਗਸਾਰ ਅਸੰਖ ਮੌਨ ਲੇਵਲਾਇਤਾਰ ਕੁਦਰਤ ਕਮਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਢ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਛ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰੈ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵੈ ਏਕ ਵਾਰ ਜੋ ਤੁਧ ਭਾਵੈ ਸਾਈ ਭਲੇਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗੰਮ ਅਗੰਮ ਅਸੰਖ ਲੋ ਅਸੰਖ ਕਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਯੋਗ ਵਖਾਣ ਜਿਨੇ ਲਿਖੇ ਤਿਸ ਸਿਰ ਨਾਹੇ ਜੇ ਫਰਮਾਏ ਤਿਵ ਤੇ ਪਾਹੇ ਜੇ ਤਾਂ ਕੀਤਾ ਤੇ ਤਾਂ ਨਾਉ ਵਿਣ ਨਾਵੈ ਨਾਹੀ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉਤਰੋ ਸੋਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ ਧੋਏ ਭਰੀਐ ਮਤ ਪਾਪਾਂ ਕਾ ਸੰਗ ਉਹ ਧੋਪੈ ਨਾਵੈ ਕਹਿ ਰੰਗ ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵਹੁ ਜਾਹੋ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਾਓ ਅੰਤਰਗਤ ਤੀਰਥ ਮਲ ਨਹਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਥ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ ਕਵਣ ਸੋ ਵੇਲਾ ਵਕਤ ਕਵਣ ਕਵਣ ਥਿਤ ਕਵਣ ਵਾਰੋ ਕਵਣ ਸੇ ਰੁੱਤੀ ਮਾਹੋ ਕਵਣ ਜਿਤ ਹੋਆ ਆਕਾਰੋ ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਣ ਥਿਤ ਵਾਰ ਨਾ ਯੋਗੀ ਜਾਣੈ ਰੁੱਤ ਮਾਹੋ ਨਾ ਕੋਈ ਜਾ ਕਰਤਾ ਸੇਠੀ ਕਉ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾਂ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪਾ ਜਾਣੈ ਅੱਗਾ ਗਿਆ ਨਾ ਸੋਹੈ ਪਾਤਾਲਾਂ ਪਾਤਾਲ ਲੱਖ ਆਗਾ ਸਾਇਆ ਆਗਾਸ ਓੜ ਕੋੜ ਭਾਲ ਥੱਕੇ ਵੇਦ ਕਹਿਣ ਇੱਕ ਵਾਤ ਸਹਸ ਅਠਾਰਹਿ ਕਹਿਣ ਕਿਤੇਬਾ ਅਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖਾ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾਹੀ ਸਾਲਾਹੇ ਏਤੀ ਸੁਰਤ ਨਾ ਪਾਈਆ ਨਦੀਆਂ ਅਤੈ ਵਾਹ ਪਵੈ ਸਮੁੰਦ ਨਾ ਜਾਣੀਆ ਹੈ ਸਮੁੰਦ ਸਾਹ ਸੁਲਤਾਨ ਗ੍ਰਹਿ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨੋ ਨਾ ਵਿਸਰੈ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨਾ ਦੇਣ ਨਾ ਅੰਤ ਨਾ ਵੇਖਣ ਸੁਣਨ ਨਾ ਅੰਤ ਨਾ ਜਾਪੈ ਕਿਹਾ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਅੰਤ ਕਾਰਨ ਕੇਤੇ ਬਿਲਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣੈ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਏਵਡ ਉੱਚਾ ਹੋਵੈ ਕੋਏ ਤਿਸ ਉੱਚੇ ਕਉ ਜਾਣੈ ਸੋਏ ਜੇਵੜ ਆਪ ਜਾਣੈ ਆਪ ਆਪੇ ਨਾਨਕ ਨਦਰੀ ਕਰਮੀ ਦਾਤੇ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇਲ ਨਾ ਤਮਾਏ ਕੇਤੇ ਮੰਗੈ ਜੋਧ ਅਪਾਰ ਕੇਤਿਆ ਗਣਤ ਨਹੀਂ ਵਿਚਾਰ ਕੇਤੇ ਖਪ ਟੁੱਟੈ ਬੇਕਾਰ ਕੇਤੇ ਲੈ ਲੈ ਮੁੱਕਰ ਪਾਹੇ ਕੇਤੇ ਮੂਰਖ ਖਾਹੀ ਖਾਹੇ ਕੇਤਿਆ ਦੁਖ ਭੂਖ ਸਦਮਾਰ ਇਹ ਪੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣੈ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੈ ਜੇਤੀਆਂ ਮੋਹੇ ਖਾਏ ਆਪੇ ਜਾਣੈ ਆਪੇ ਦੇਹ ਆਖੈ ਸੇ ਪੇ ਕੇਈ ਕੇ ਜਿਸ ਨੋ ਬਖਸੇ ਸਿਫਤ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਭੰਡਾਰ ਅਮੁੱਲ ਆਵਹਿ ਮੁੱਲ ਲੈ ਜਾਹੇ ਅਮੁੱਲ ਪਾਏ ਮੁੱਲ ਅਸਮਾਹ ਅਮੁੱਲ ਧਰਮ ਮੁੱਲ ਦੀਮਾਣ ਅਮੁੱਲ ਤੁਲ ਅਮੁੱਲ ਪ੍ਰਵਾਣ ਅਮੁੱਲ ਬਖਸ਼ੀਸ ਅਮੁੱਲ ਨੀਸਾਣ ਅਮੁੱਲ ਕਰਮ ਅਮੁੱਲ ਫੁਰਮਾਣ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵ ਲਾਏ ਆਖੈ ਵੇਦ ਪਾਠ ਪੁਰਾਣ ਆਖੈ ਪੜ੍ਹੇ ਕਰਹਿ ਵਖਿਆਣ ਆਖੈ ਬਰਮੇ ਆਖੈ ਇੰਦ ਆਖੈ ਗੋਪੀ ਤੈ ਗੋਬਿੰਦ ਆਖੈ ਈਸ਼ਰ ਆਖੈ ਸਿੱਧ ਆਖੈ ਕੇਤੇ ਕੀਤੇ ਬੁੱਧ ਆਖੈ ਦਾਨਵ ਆਖੈ ਦੇਵ ਆਖੈ ਸੁਰ ਨਰ ਮੁਨ ਜਨ ਸੇਵ ਕੇਤੇ ਆਖੈ ਆਖਣ ਪਾਹੇ ਕੇਤੇ ਕਹਿ ਕਹਿ ਉੱਠ ਉੱਠ ਜਾਹੇ ਇਤੇ ਕੀਤੇ ਹੋਰ ਕਰੇ ਹਿਤ ਆਖ ਨਾ ਸਕੈ ਕੇਈ ਕੇ ਜੇਵੜ ਪਾਵੈ ਤੇਵੜ ਹੋਏ ਨਾਨਕ ਜਾਣੈ ਸੱਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰ ਗਾ ਵਾਰਾਂ ਗਾ ਵਾਰ ਸੋ ਦਾਰੁ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ
ਵਾਜੇ ਨਾਦਾਂ ਨੇ ਕਾ ਸੰਖਾ ਕੇਤੇ ਵਾਵਣ ਹਾਰੇ ਕੇਤੇ ਰਾਗ ਪਰੀ ਸਿਵ ਕਈਨ ਕੇਤੇ ਗਾਵਣ ਹਾਰੇ ਗਾਵੈ ਤੋਨੋ ਪੌਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿੱਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵੈ ਈਸ਼ਰ ਬਰਮਾ ਦੇਵੀ ਸੋਨ ਸਦਾ ਸਵਾਰੇ ਗਾਵੈ ਇੰਦੇ ਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਰਖੀਸਰ ਜੁਗ ਜੁਗ ਵੇਦਾਂ ਨਾਲੇ ਗਾਵੈ ਮੋਹਣੀਆਂ ਮਨ ਮੋਹਨੇ ਸੁਰਗਾ ਮਛ ਪਿਆਲੇ ਗਾਵਨ ਰਤਨੋ ਪਾਏ ਤੇਰੇ ਅੜਸੜ ਤੀਰਥ ਨਾਲੇ ਗਾਵੈ ਜੋਧ ਮਹਾਂ ਬਲਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇਈ ਤੁਦਨੋ ਗਾਵੈ ਜੋਤ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿੱਤ ਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਇ ਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੋ ਪਾਈ ਕਰ ਕਰ ਵੇਖਾ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹੋ ਸਾਹਾਂ ਪਾਤਸ਼ਾਹਿਬ ਨਾਨਕ ਰਹਿਣ ਰੁਜਾਈ ਮੁੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰੈ ਵਿਭੂਤੇ ਚਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜੈ ਨਾਦ ਆਪ ਨਾਥ ਨਾਥੀ ਸਭ ਜਾਕੀ ਰਿੱਧ ਸਿੱਧ ਅਵਰਾ ਸਾਧ ਸੰਜੋਗ ਵਿਜੋਗ ਦੁਇਕਾਰ ਚਲਾਵ ਹੈ ਲੇਖੇ ਆਵੈ ਭਾਗ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਜਿਵਤ ਸੁਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣ ਉਹ ਵੇਖੈ ਉਹਨਾਂ ਨਦਰ ਨ ਆਵੈ ਬਹੁਤਾ ਇਹੋ ਵਿਡਾਣ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਬਹੁ ਲੱਖ ਹੋਏ ਲੱਖ ਹੋਵੈ ਲੱਖ ਵੀਸ ਲੱਖ ਲੱਖ ਗੇੜਾ ਆਖੀਆ ਹੈ ਏਕ ਨਾਮ ਜਗਦੀਸ਼ ਇਹ ਤੁਰਾ ਹੈ ਪਤ ਪਵੜੀਆ ਚੜੀਆ ਹੋਏ ਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾ ਆ ਈਰੀਸ ਨਾਨਕ ਨਦਰੀ ਪਾਈ ਹੈ ਕੂੜੀ ਕੂੜੈ ਠੀਸ ਆਖਣ ਜੋਰ ਚੁੱਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜ ਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀਏ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਣ ਪੰਚ ਪਰਵਾਨ ਨਦਰੀ ਕਰਮ ਪਵੈ ਨੀਸਾਨ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾ ਪੈ ਜਾਏ ਧਰਮ ਖੰਡਕਾ ਇਹੋ ਧਰਮ ਗਿਆਨ ਖੰਡਕਾ ਆਖੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘਾੜਤ ਕੜੀ ਹੈ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋੜ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਐ ਬਹੁਤ ਅਨੂਪ ਤਾਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੈ ਪਿੱਛੈ ਪਛਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾਂ ਸਦਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਂਬਲ ਸੂਰ ਤਿਨ ਮੈਂ ਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮੈਂ ਮਾਮਾ ਹੈ ਤਾ ਕੇ ਰੂਪ ਨਾ ਕਥਨੇ ਜਾਹੇ ਨਾ ਓਹੇ ਮਰਹਿ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸੈ ਕੇ ਲੋ ਕਰੈ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤਾਂ ਅੰਤ ਨਾ ਅੰਤ ਤਿੱਥੈ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਅਹਰਣ ਮਤ ਵੇਦ ਹਥਿਆਰ
ਪਾਉ ਖੱਲਾ ਅਗਨ ਤਪਤਾਉ ਭਾਂਡਾ ਪਾਉ ਅੰਮ੍ਰਿਤੋ ਤਿਤ ਢਾਲੇ ਘੜੀਆ ਸ਼ਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਖੇਲੈ ਸਕਲ ਜਗਤ ਚੰਗੇ ਆਈਆ ਬੁਰੇ ਆਈਆ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੇ ਭੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲਖਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਇ ਰਹਾ ਲਵਤਾਰ ਭੁਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆ ਪਾਰ ਸਹਿ ਸਿਆਣ ਪਾਲਕ ਹੋਵੇ ਤਾਂ ਇੱਕ ਨ ਚੱਲੈ ਨਾਲ ਕਿਵ ਸੱਚਿਆਰਾ ਦਰਸ਼ਨ ਦੇ ਪ੍ਰਾਪਦਾਤੇ
Thank you.
Okay.
Oh,
प्यार से बोलिए धन गुरु नानक धन गुरु नानक धन गुरु नानक धन गुरु नानक सब सृष्टि सेवे दिन रात जी दे कान सुनो अरदास जी ठोक बजाए सब डिठिया तुस आपे लयन छड़ाए जी सब सृष्टि सेवे दिन रात जियो हे निरंकार हे गुरु नानक सारी सृष्टि तेरी आराधना कर रही है प्यार से बोलिए धन गुरु नानक तेरे आगे पुकार कर रही है और तू सबकी आवाज सुन रहा है देख कान सुनो अरदास जी ठोक बजाए सब डिठिया तुसे आपे लैन छड़ाए जियो ये बड़ी प्यारी पंक्ति है पाछा कह रहे हैं मैंने ठोक बजा कर देख लिया है कहते हैं किसी चीज़ को परख लिया है बहुत एक्सपीरियंस करके मैंने बात को पता कर लिया है कि जिस जिसने भी काम क्रोध लोभ मोह अहंकार से छुटकारा पाया है इन्हें जीता है जिन्होंने अपनी जान इनसे छुड़ाई है वो तभी पॉसिबल हुआ है जब तूने कृपा की है प्यार से बोलिए धन गुरु नानक धन गुरु नानक ठोक बजाए सब डिठिया तुझे आपे लयन छड़ाए जो तूने जिसे छुड़ाया है तूने जिसे खोला है बंधन से वो छोटा है अपने आप कोई नहीं छोटा प्यार से बोलिए धन गुरु नानक अपनी मेहनत से नहीं उसके तरस से गुरु प्रसाद से उसकी मेहर से कोई छोटा है हे वाहेगुरु मुझे भी छुड़ा ले प्यार से बोलिए धन गुरु नानक धन गुरु नानक ये अरदास का शब्द है कि तरस कर जिसे तू छुड़ाए वो छूट सकता है मुझे भी छुड़ा ले Thank you.
ਹੁਕਮ ਹੋਆ ਮਿਹਰਬਾਨ ਦਾ ਮਿਹਰਬਾਨ ਉਹ ਨਿਰੰਕਾਰ ਉਹ ਗੁਰੂ ਨਾਨਕ ਪਿਆਰ ਸੇ ਬੋਲੀਏ ਧੰਨ ਗੁਰੂ ਨਾਨਕ ਪੈ ਕੋਈ ਨਾ ਕਿਸੇ ਰਵਾਣ ਦਾ ਪੈ ਕੋਈ ਨਾ ਕਿਸੇ ਰਜਾਣ ਦਾ ਸਭ ਸੁਖਾਲੀ ਉੱਠੀਆਂ ਇਹ ਹੋਆ ਹਲੇਮੀ ਰਾਜ ਜੀਓ ਜਬ ਅਰਦਾਸ ਕਬੂਲ ਹੋਈ ਅਬ ਉਸਕਾ ਹੁਕਮ ਹੋਆ ਪਿਆਰ ਸੇ ਬੋਲੀਏ ਧੰਨ ਗੁਰੂ ਨਾਨਕ ਹੁਕਮ ਕਿਹਾ ਪੈ ਕੋਈ ਨਾ ਕਿਸੇ ਰਜਾਣ ਦਾ अब किसी भी झंझट में किसी भी बुराई में किसी भी गलत काम में मन फंसता नहीं प्यार से बोलिए धन गुरु नानक उसकी कृपा वर्त गई अरदास सुनी गई उसने अरदास सुन ली सब सुखाली उठी अब मन में सुख है मन में सुख है हलेमी राज उसे कहते हैं जहाँ पर कोई दुख नहीं है प्यार से बोलिए धन गुरु नानक जहाँ पर भक्तों के मन की अवस्था है ये भक्तों के मन की अवस्था की बात की गई है जब उसकी कृपा वर्त जाती है अरदास कबूल हो जाती है तो मन वहाँ बसता है जहाँ पर वो राज है जहाँ पर कोई भी दुख नहीं है प्यार से बोलिए धन गुरु नानक वह मन में शांति है कृपा है उसकी प्यार से बोलिए धन गुरु नानक चिम चिम अमृत वर्षदा अब क्या हुआ अंदर भीतर नाम का अमृत चल पड़ा बोलाया बोली खसमदा बहुमान किया दुद ऊपरे तू आपे पाए थाए जियो प्यार से बोलिए धन गुरु नानक और ये किसके हुक्म से हुआ बोलाया बोली खसमदा प्यार से बोलिए धन गुरु नानक बहुमान किया तुद ऊपरे मुझे तुझ पर मान है मेरे वाहिगुरु तूने मुझे सही रास्ते डाल दिया प्यार से बोलिए धन गुरु नानक धन गुरु नानक तेरिया भगतां भुख सद तेरिया जो तेरे भगत हैं उन्हें हमेशा तेरे दर्शनों की प्यास लगी रहती है भूख लगी रहती है वाहिगुरु मुझे भी तेरे दर्शनों की भूख है हर लोचा पूर्ण मेरिया मुझे भी उसी दर्शनों की प्यास है भूख है देहो दर्श सुखदात्या मैं गल विच लेहो मिलाए जियो मुझे भी दर्शन दे दे अपने गले से लगा ले प्यार से बोलिए धन गुरु नानक धन गुरु नानक ये अरदास का शब्द दर्शनों की मांग कृपा की मांग कि वासना से छुड़ा दे ऊंची अवस्था बख्श दे मन में सिमरन शुरू करा दे मन में शांति बख्श दे उस जगह पर अवस्था को पहुँचा दे जहाँ कोई दुख है ही नहीं और अब अपने दर्शन भी दे दे प्यार से बोलिए धन गुरु नानक धन गुरु नानक देहो दर्श सुख दातिया मैं गल विच ले भाई साहब भाई नंदलाल जी गुरु गोविंद सिंह जी महाराज से सवाल किया अच्छा कई बार आप छोड़कर चले जाते हो प्यार से बोलिए धन गुरु नानक सारे बोलिए धन गुरु नानक आपके शरीर का बिछोड़ा हो जाता है
जब आपका शरीर पास में ना, आपके दर्शन करने हो तो कैसे कर सकते हैं? प्यार से बोलिए धन गुरु नानक, धन गुरु नानक, धन गुरु नानक। बड़ा कीमती सवाल है और गुरु गोविंद सिंह जी महाराज ने जो जवाब दिया, भाई साहब भाई नंदलाल जी ने उसे अंकित किया है। प्यार से बोलिए धन गुरु नानक, धन। गुरु गोविंद सिंह जी महाराज कहते हैं मेरे तीन तरह के दर्शन हैं, तीन प्रकार के, वो तीनों दर्शन रहत नामे में अंकित हैं। प्यार से बोलिए धन गुरु नानक, धन गुरु नानक। बड़ा प्यारा जवाब दिया गुरु गोविंद सिंह जी महाराज ने कि अगर मुझे मेरे दर्शन करने हैं तो ये तीन तरीके हैं मेरे दर्शन हो सकते हैं। प्यार से बोलिए धन गुरु नानक, धन गुरु नानक। पहला दर्शन श्रवण कीजिए। तीन रूप है मोह के, सुनो नंद चित लाए, निर्गुण सर गुर शब्द है, कहे तो हे समझाए। सुन नंदलाल, मेरे तीन प्रकार के दर्शन हैं। क्या से? तीन रूप है मोह के, सुनो नंद चितला, निर्गुण सरगुण गुर शब्द है, कहे तो हे समझाए। कि मेरे तीन प्रकार के दर्शन हैं, पहला निर्गुण, दूसरा सरगुण, तीसरा गुर शब्द है। मैं तुझे ये बात समझा रहा हूँ, कहे तो हे समझाए। प्यार से बोलिए धन गुरु नानक। पहला रूप कौन सा? एक रूप ते गुण ते परे, नेत नेत जह निगम उचरे। पहला रूप कौन सा? एक रूप ते गुण ते परे, जो तीन गुणों से परे है। तीन गुण कौन से? रूप न रेख न रंग के चित्र है, गुण ते प्रभ पिन, तिसे बुझाए नानका जिस होवे सुप्रसन्न। ना रूप है, ना रेख है, ना रंग है, ये मेरा रूप है। चक्र चिन्ह अर वर्ण जात अर पात नहन जय, जाप साहब जी की बाणी पढ़ते हो ना, चक्र चिन्ह अर वर्ण जात अर पात नहन जय। ना मेरा चक्र है, ना चिहन है, ना वर्ण है, ना जात है, भाव निर्गुण स्वरूप। प्यार से बोलिए धन गुरु नानक। गुरु गोविंद सिंह जी महाराज कहते एक तो मेरा निर्गुण स्वरूप है कि मैं हर कण कण में व्यापक हूँ, भाई नंदलाल जी को कह रहे हैं। प्यार से बोलिए धन गुरु नानक। प्यार से बोलिए धन गुरु नानक। कितनी कमाल का पहलू है सत्संग जी। एक तरफ गुरु गोविंद सिंह जी महाराज कहते हैं जो हमको परमेश्वर उचर हैं ते सब नरक कुंड में परे हैं। प्यार से बोलिए धन गुरु नानक। जो मुझे परमेश्वर कहेगा वो नरकों में जाएगा, और यहाँ पर खुद भेद खोल दिया कि मैं कण कण में व्यापक हूँ। प्यार से बोलिए धन गुरु नानक, धन गुरु नानक। प्रेम में बंधन खुल जाते हैं, पर्दे उठ जाते हैं, क्योंकि बात कर रहे हैं भाई साहब भाई नंदलाल जी से, प्रेम के स्वरूप, उनसे कोई पर्दा नहीं रखा। प्यार से बोलिए धन गुरु नानक, धन गुरु नानक। रूप रंग अर रेख पे को कह न सकत कह, अचल मुरत अनुपह प्रकाश अमितोज कही जय, कोट इंद्र इंद्राण सहसहाण गणी जय। प्यार से बोलिए धन गुरु नानक। दूसरा रूप कौन सा है? जो सिख गुर दर्शन की चाहे, दर्शन करे ग्रंथ जी आहे। प्यार से बोलिए धन गुरु नानक। अगर मेरे दर्शन करने हैं, दूसरा मेरा रूप है श्री गुरु ग्रंथ साहिब जी। प्यार से बोलिए धन गुरु नानक, धन गुरु नानक। गुरु ग्रंथ साहिब जी मेरा ही रूप है, गुरु गोविंद सिंह जी महाराज कह रहे हैं। जो सिख गुरु दर्शन की चाहे, दर्शन करे ग्रंथ जी आहे। आगे क्या कहते हैं, कितनी कमाल का पहलू है।
प्रभात समय करके स्नान तीन प्रदक्षिणा करे सुजान। घर से बोलिए धन गुरु नानक। प्रभात समय अमृत वेले स्नान करके तीन प्रदक्षिणा करे श्री गुरु ग्रंथ साहिब जी की। प्यार से बोलिए धन गुरु नानक। परिक्रमा तीन। प्यार से बोलिए धन गुरु नानक। अगर मेरे दर्शन करने हैं अमृत वेले उठो स्नान करो और श्री गुरु ग्रंथ साहिब जी की तीन परिक्रमा करो। ये गुरु गोविंद सिंह जी महाराज के यहाँ पर लिखा हुआ है। प्यार से बोलिए धन गुरु नानक। कई लोग कहते हैं कि परिक्रमा क्या है, घूमना ही तो है। प्यार से बोलिए धन गुरु नानक। परिक्रमा, अरे ये परिक्रमा नहीं है ना तो समझो जीवन ही नहीं है। प्यार से बोलिए धन गुरु नानक। अगर साइंटिफिकली देख लो आप, इस दुनिया में इस सृष्टि में कोई भी चीज ऐसी नहीं है जो स्थिर है, हर चीज घूम रही है। प्यार से बोलिए धन गुरु नानक। हर चीज किसी न किसी चीज की परिक्रमा कर रही है। सूरज परिक्रमा कर रहा है सौर मंडल की, पृथ्वी परिक्रमा कर रही है सूरज की, चांद परिक्रमा कर रहा है पृथ्वी की। प्यार से बोलिए धन गुरु नानक। ये तो हो गई बड़ी बातें, साइंस पढ़ी है सबने। मॉलिक्यूल की परिक्रमा कौन कर रहे हैं, एटम्स। प्यार से बोलिए धन गुरु नानक। सबसे छोटा पार्टिकल एटम अभी तक जो मिला है उसकी परिक्रमा, वो परिक्रमा कर रहा है मॉलिक्यूल की। हर चीज घूम रही है, पृथ्वी ना घूमे दुनिया तबाह हो जाए, ना मौसम बदलेंगे ना कुछ होगा। प्यार से बोलिए धन गुरु नानक। हमारे भीतर खून दौड़ रहा है, घूम रहा है शरीर में, तो शरीर चल रहा है, रुक गया, हार्ट अटैक आ गया। प्यार से बोलिए धन गुरु नानक। सारी सृष्टि हर चीज घूम रही है, चल रही है। इसलिए इस बात को ऐसे कह देना कि घूमना ही है, नहीं, वो तो फिर चलना भी होता है, पर जो जो कदम गुरु घर की तरफ चले, एक एक कदम का फल कितना है। प्यार से बोलिए धन गुरु नानक। श्रद्धा से कोई भी चीज की जाए, श्रद्धा से, फिर वो कर्मकांड नहीं रहता, वो पखंड नहीं रहता, वो भक्ति हो जाती है। प्यार से बोलिए धन गुरु नानक। गुरु गोविंद सिंह जी महाराज यहाँ कह रहे हैं, जो सिख गुरु दर्शन की चाहे दर्शन करे, ग्रंथ जी आए प्रभात समय करके स्नान, तीन प्रदक्षिणा करे सुजान। प्यार से बोलिए धन गुरु नानक। जो मम साथ चाहे कर बात, ग्रंथ जी पढ़े सुने बिचारे साथ। अगर मेरे साथ बात करनी है तो श्री गुरु ग्रंथ साहिब जी की वाणी को विचारो और पढ़ो। प्यार से बोलिए धन गुरु नानक। मैं बात करूंगा, सच है साथ संगत जी, वाणी से तो जवाब मिलता है सबको। प्यार से बोलिए धन गुरु नानक। रोज कई मिलते हैं कि भाई साहब आपने हमारे मन की बात कह दी। मैंने कोई मन की बात नहीं की, मैं कोई अंतर्जाम में नहीं हूँ, मैं सिर्फ वाणी पढ़ के सुना रहा हूँ। सबके मन के सवाल अपने आप हल हो जाते हैं। प्यार से बोलिए धन गुरु नानक। वाणी की ताकत है ये, हर एक को लगता है कि मुझे कहा जा रहा है, ये है गुरु साहब जी बातें करते हैं वाणी द्वारा। प्यार से बोलिए धन गुरु नानक। धन गुरु नानक। गुरु गोविंद सिंह जी महाराज के वचन, पहले दर्शन निर्गुण स्वरूप, दूसरा दर्शन श्री गुरु ग्रंथ साहिब जी के रूप में, तो भाई नंदलाल जी ने तीसरा सवाल किया, पाचा ये तो हो गए, आपसे बात करनी है तो शब्द में डूबना पड़ेगा गहरा, अगर प्रत्यक्ष दर्शन करनी हो जीते जागते स्वरूप में तो क्या करूँ। प्यार से बोलिए धन गुरु नानक। तो यहाँ पे गुरु गोविंद सिंह तीसरी बात जो कही, सबसे महत्वपूर्ण, बहुत कीमती, आई दो पंक्तियाँ पढ़ लें। देहो बरस सुख दाते मैं गल बिच ले मिलाए जी सुख दाते मैं गल बिच ले मिलाए जियो
भाई नंदलाल जी कहते हैं पातशाह आपने निर्गुण स्वरूप के बारे में भी बता दिया। निर्गुण स्वरूप के दर्शन तो वो कर सकता है जिसकी अवस्था बहुत ऊंची हो। प्यार से बोलिए धन गुरु नानक। धन है कुर्बान है श्री गुरु ग्रंथ साहब जी की वाणी पर कि उनके रूप में भी आपके दर्शन हो जाते हैं, पर अगर प्रत्यक्ष दर्शन करने हो तो कैसे करें। प्यार से बोलिए धन गुरु नानक। यहाँ पर गुरु गोविंद सिंह जी ने कमाल का पहलू बताया सत्संग जी, अब श्रवण कीजिए। ईसर रूप सिख है मोर
गुरबाणी रत जहन सपोर तीसर रूप सिख है मोर गुरबाणी रत जहन सपोर यहां से बोलिए धन गुरनाथ तीसर रूप सिख है मोर अगर मेरे प्रत्यक्ष दर्शन करने हैं तो मेरे सिख के दर्शन कर ले प्यार से बोलिए धन गुरु नानक मेरे सिख के अब सिख किसे कहा है किसके दर्शन मेरे दर्शन है किस सिख के गुरबाणी रत जह निस भोर जिसे दिन और रात सिवाय गुरबाणी के कुछ सूझता ना हो प्यार से बोलिए धन गुरु नानक जिसके हृदय में 24 घंटे वाणी चलती हो सोते हुए भी उठते हुए भी जिसके भीतर गुरु की उस्तत चलती हो उस सिख के दर्शन मेरे दर्शन है प्यार से बोलिए धन गुरु नानक ऐसे सिख कौन है बाबा नंद सिंह जी ऐसे सिख कौन संत अतर सिंह जी वस्तु होने वाले जिना सास गिरा से न विसरे हर नामा मन मंत धन से ही नानका पूरण सोई संत ऐसे सिख के दर्शन गुरबाणी रत जह निस भोर रात को और भोर के समय दिन रात रात दिन जिसके भीतर बाणी चलती हो प्यार से बोलिए धन गुरु नानक बाबा नंद सिंह जी कहा करते थे कि हमें मत कहा करो यहाँ आओ वहाँ आओ कहते थे अगर कोई बात करनी है तो श्री गुरु ग्रंथ साहिब जी के आगे अरदास कर दिया करो खड़े होके गुरु नानक से कहा करो फिर वो हमारे कान पकड़ के हमें अपने आप ले आएगा प्यार से बोलिए धन गुरु नानक क्यों ये कौन कह सकता है जिसकी हर सांस गुरबाणी से घिस कर आती हो प्यार से बोलिए धन गुरु नानक ये अवस्था किसकी होती है कि अरदास श्री गुरु ग्रंथ साहिब जी आगे करें और सुने संत प्यार से बोलिए धन गुरु नानक ऐसे सिख जिसकी हर सांस वाणी से घिस कर निकलती है वो पूर्ण संत होते हैं प्यार से बोलिए धन गुरु नानक धन गुरु नानक गुरु गोविंद सिंह जी महाराज कहते हैं ऐसे सिख के दर्शन कर ले समझ लेना मेरे प्रत्यक्ष दर्शन कर रहा है प्यार से बोलिए धन गुरु नानक तीन प्रकार के दर्शन एक ऊंची अवस्था वाली एक हमारे जैसे श्री गुरु ग्रंथ साहिब जी धन है जो हमें मिले हैं प्यार से बोलिए धन गुरु नानक वाणी के रूप में इनसे बातें हो जाती हैं देखने वाली अगर आंख मिल जाए तो गुरु नानक बैठा दिखाई दे देगा प्यार से बोलिए धन गुरु नानक तीसरे एक पूर्ण गुरसिख के जिसकी जीवन ऊंचा हो करेक्टर संभाला हो जिसका श्वास श्वास सिमरन में बीतता हो प्यार से बोलिए धन गुरु नानक धन गुरु नानक देहो बरस सुख दाते मैं गल बिच ले मिलाए जियो देहो बरस सुख दाते दातिया मैं गल बिच ले ऐसी बख्श करीजे
सुखदाते
देहो दरस सुख दाते मैं गल विच ले दसवीं कवियो बाच बेनती चौपाई अमरी करो हाथ दे रचा पूरन होए चित के इच्छा तब चरणन मन रहे हमारा अपना जान करो प्रत पारा हमरे दुष्ट सब है तुम कावो आप हाथ दे मोए बचाओ सुखी बसे मोरो परवारा सेवक सिख सब है कर तारा मोर अच्छा निज कर दे करिए सब रन को आज संगरिए पूरन होए हमारी आशा और भजन के रहे प्यासा तुम्हें छाड़ कोई और ना क्याओ जो पर जाओ सो तुम ते पाओ सेवक सिख हमारे तारी है चुन चुन सत्र हमारे मारी है आप हाथ दे मुझे उभरी है अर्ध काल का त्रास नुवरी है पूजो सदा हमारे पछा सरियस तुझ जो करियो रचा राख लियो मुझे राखन हार साहिब संत साहिब प्यार दीन बांध दुष्टन के हंदा हो पुरी ततर दस कंता काल पाए ब्रह्मा बप तरा काल पाए सब जो अवतरा काल पाए कर विषण प्रगासा सकल काल का किया तमासा जवन काल जो की शिव कियो वेद राज ब्रह्मा जो थियो जवन काल सब लोक सवारा नमस्कार है ताए हमारा जवन काल सब जगत बनायो देव दैत जग छनि उपजायो आद अंत के अवतारा सोई गुरु समझो हमारा नमस्कार तिसही को हमारी सकल प्रजा जिने आप सवार सेवकन को शिव गुण सुख दियो सतरन को पल मोहबत कियो कट कट के अंतर की जानत भले बुरे की पीर पछानत चीटी ते कुंजर अस्तोला सब पर कृपा दृष्ट कर भोला संतन दुख पाए ते दुखी सुख पाए साधन के सुखी एक एक की पीर पछान कट कट के पट पट की जान जब उदकर्ष करा कर तारा प्रजा तर्त तब दे अपारा जब अकर्त करत कब सब जेते बदन श्रेष्ठ सब दार आप आपने बोझ उतार तुम सब ही ते रहत निरालम भेद भेद अरे आलम निरंकार निर्विकार निर्लंब आद अनिल अनाद असंभ ताका मूढ़ उचार तो भेदा को पेव न पाप तो भेदा ताको कर पान अनुमान महा मूढ़ कछ भेद न जान महादेव को कह तू सदा शिव
निरंकार का चिन्हत न पेव आप अपनी बुद्ध है जेती अनंत पिन पिन तोय ते तुमरा लखा न जाय पसारा है बुद्ध सजा प्रथम संसारा एक रूप अनूप स्वरूपा अनंत पयोरा व कई कोपा अंडज जेरज से तज कीनी कुछ खान बहो रच देने कहूं कुल राजा हव बैठा समट प्यो संक्रिय फैठा सगरी सृष्ट दिखाए अचंभव आद जुगाद स्वरूप से अंभव अब रक्षा मेरी तुम करो सिख संगरो दुष्ट जिते उठवत उत पाता सगल मलेश करो रण काता जे अस तुझ तव सरणी परे के दुष्ट दुखत हव मरे पुरख जवन पग परे तिहारे इनके तुम संकट सब तारे जो कल को एक बार त्यै है ताके काल निकट ने है रक्षा होए ताए सब काला दुष्ट अरिष्ट करे तत्काला कृपा दृष्ट संजाय निहरो ताके ताप तनक मोहर हो और हित सिद्ध कर्म सब होई दुष्ट छा छै सके न कोई एक बार जिन तुम्हें संभारा पास ते ताए जिन नर नाम ते हारो कहा दुष्ट लोक ते रहा खड़ग के तुम्हें शरण तिहारी आप हाथ दे ले ओ बारे सर्व डोर मो सहाई दुष्ट लोक ते ले ओ बचाए खड़ग के तुम्हें शरण तिहारी आप हाथ दे ले ओ बारे सर्व डोर मो सहाई दुष्ट दुख ते ले ओ राम कली महला तीजा आनंद क्यों कार सतगुर प्रसाद आनंद पिया मेरी माए सतगुरु मैं पाया सतगुरु का पाया सहज से की मन वजियां बाधाया राग रतन परवार परियां शब्द गावन सारना अंगीकारो करे तेरा कार्य सब सवारना सुनागरा सम्रा सुनामी सुनो मनो विसारे करे नानक मन मेरे सदारो अनाले साचे साहिबा क्या नहीं कर तेरे करता तेरे सब कुछ है जिते सो पावे सच्चे सैल क्या नाई घर तेरे साचा नाम मेरा आधारो साचा नाम मेरा आधार सच नाम आधार मेरा जिन भुखा सब गवाइया कर सान सुख मन आए वस्या जिन इच्छा सब पूजाइया साचा नाम मेरा आधार घर सबागे सबद वाजे कला जी करतारियां पांच भूत वस कीते काल कंटक मारिया करम पाया तू जिनको से नाम हटे लागे करे नानक दस को आदित करे हरवाजे अनंत सुनो बड़ भागी हो सगल मनोरथ पूरे पार ब्रह्म प्रपाया उतरे सगल रसूरे कहते पवि सतगुरु रे अपर पूरे बिनवंद नानक गुरु चरण लागे वाजे अनह तुरे सलो पवन गुरु पाणी पिता चंगियां बुरियां आईया वाचे धर्म हजूर करमी आपो अपने जिनी नाम ध्याया जिनी नाम ध्याया Oh
वाहेगुरु 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 जी का खालसा वाहेगुरु जी की फतेह वाहेगुरु जी का खालसा वाहेगुरु जी की फतेह। जय गुरु जी की। अब हम मंत्र जाप करेंगे। नमः शिवाय। शिवजी सदा Oh.
शिव जी सदा जय गुरु जी की।